ਅਸਲਾਮ ਵਾਲੇਕਮ ਜੀ, ਵੈਲਕਮ ਟੂ ਨਿਊ ਵਿਲਾਸ। ਅੱਜ ਅਸੀਂ ਵੀਡੀਓ ਕਿਉਂ ਕਰ ਰਹੇ ਹਾਂ ਜੀ, ਬਿਲਕੁਲ ਆਜ਼ਾਦ ਕਸ਼ਮੀਰ ਤੋਂ ਜਾ ਰਹੇ ਹਾਂ ਇਸਲਾਮਾਬਾਦ ਏਅਰਪੋਰਟ। ਬੜੇ ਭਾਈ ਜੀ ਆ ਰਹੇ ਹਾਂ, ਉਹਨੇ ਹੁਣ ਜਾ ਰਹੇ ਹਾਂ ਨਾਲ, ਅਸਾਂ ਜਾ ਰਹੇ ਹਾਂ ਜੀ ਹੁਸੈਨ ਸਾਹਿਬ। ਇਹ ਦੇਖੋ ਜੀ, ਨਾਲ ਹੁਸੈਨ ਸਾਹਿਬ ਜਾ ਰਹੇ ਹਾਂ। ਹਾਂਜੀ ਹੁਸੈਨ ਸਾਹਿਬ, ਕਿਤੇ ਤਿਆਰੀ ਹੋਈ ਹੈ? ਮਜ਼ਾ ਆਪਸੀ ਕੋਈ ਆਲਾ। ਕਿਤਨੀ ਵਾਰ ਕਿਆ ਗਏ ਹੋ? ਮੀਰਪੁਰ ਤੋਂ ਨਿਕਲਣੇ ਵੇ ਜੀ, ਤੱਕਣੇ ਹੁਣ ਕਿਤਨਾ ਟਾਈਮ ਲੱਗਣਾ ਮੀਰਪੁਰ ਤੋਂ। ਹੁਸੈਨ ਸਾਹਿਬ ਨੇ ਨਿੰਦਰ ਆਈ ਹੈ, ਪਤਾ ਨਹੀਂ ਸਹਿਣੇ ਪੈਣ ਸਹਿਣ ਸਹਿਣਾ ਜੇ ਮੈਂ ਤਾਂ ਆਉਂਦੇ ਆ ਕਿ ਦੋ ਗੱਲਾਂ ਕਰ ਸਾਂ। ਕਿਤਨਾ ਟਾਈਮ ਲੱਗ ਗਿਆ ਸੀ ਵੈਸੇ ਅੱਜ ਗੈਸ? ਕੋਈ ਬੰਦਾ ਗੈਸ ਹੋਣਾ ਹੀ ਆ, ਕਿਤਨਾ ਟਾਈਮ ਲੱਗ ਸੀ ਮੀਰਪੁਰ ਤੋਂ? ਇੱਕ ਜਾਂ ਦੋ ਘੰਟੇ ਲੱਗ ਸਨ, ਇਹਦਾ ਇਤਨੇ ਨੇੜਾ ਤਾਂ ਨਹੀਂ ਏਅਰਪੋਰਟ। ਸਹਿਜ ਹੋ ਨਿੰਦਰ ਨਿੰਦਰ ਆਈ ਹੋ ਸਾਈਂ, ਸਹਿਜ ਹੋ। ਉਹ ਮੈਂ ਮਜ਼ਾਕ ਕਿਤੇ ਉੱਠ, ਚਲੋ ਸੀਟ ਸਿੱਧੀ ਕਰੋ। ਇਹ ਘਰ ਹੱਥਾਂ ਨੇ ਗੱਲ ਹੋਈ ਸੀ, ਘਰ ਹੱਥਾਂ ਗੱਲ ਹੋਈ ਸੀ ਕਿ ਹੁਸੈਨ ਨਾ ਰਹੇ, ਸਹਿਣਾ ਨਹੀਂ। ਅਗਰ ਸਹਿਣਾ ਤਾਂ ਉਹ ਤਾਂ ਅਸਰ ਨਹੀਂ ਸਹਿ ਰਹਿਣਾ, ਸਹਿ ਕਰੋ ਨਿਕਲੋ, ਕਾਖੜਾ ਟਾਉਣ ਪੁੱਜਣੇ ਆ ਤਾਂ ਉਸ ਨਿੰਦਰ ਆ ਜਾਣੀ ਸਹਿ ਰਹਿਣਾ। ਅੱਜ ਬੰਦਾ ਅਸਾਂ ਆਉਂਦੇ ਆ ਜਿਹੜਾ ਪੂਰੀ ਰਾਤ ਜਾਗਣਾ ਲੈ ਸੀ ਸਾਨੂੰ ਨਾਲ, ਹੁਣ ਤੱਕਣੇ ਆ। ਬੜਾ ਵਾਅਦਾ ਕੀਤਾ ਸੀ ਕਿ ਮੈਂ ਸਹਿ ਨਿਆ ਪਾਉਣਾ, ਮੀਰਪੁਰ ਸਾਹਿਬ ਪੁੱਜਿਆ, ਸਨਮਾਜ ਪੜੀ ਆ ਮਸਜਿਦ ਗੁਰਦਾਰੇ ਪੀਰ, ਤਾਂ ਇੰਨੀ ਨਿੰਦਰ ਆ ਗਈ ਜੋ ਸਾਹਿਬ ਰਹੀ। ਹੁਸੈਨ ਸਾਹਿਬ ਕੋਈ ਖਾਣਾ ਤਾਂ ਨਹੀਂ? ਜਿਹੜਾ ਖਾਣਾ ਆ ਬਾਅਦ ਛੱਡੇ ਦਿਨਾ। ਫਾਟਕ ਤਾਂ ਆ ਗਏ ਜੀ, ਟ੍ਰੇਨ ਅਜੇ ਆਉਣੇ ਜੋ ਹੀ ਹੈ, ਰਾਹ ਬੰਦ ਹੈ ਹੁਣ, ਕੋਈ ਪਤਾ ਨਹੀਂ ਕਿਤਨਾ ਟਾਈਮ ਲੱਗ ਸੀ। ਜਹਾਜ਼ ਲੈਂਡਿੰਗ ਹੋਣੀ ਇੱਕ ਘੰਟਾ ਰਹਿ ਗਿਆ, ਲੱਗਣਾ ਇਸ ਤਰ੍ਹਾਂ ਕਿ ਲੇਟ ਆ। ਸਾਰੀ ਹੁਸੈਨ ਸਾਹਿਬ ਰਹਿਣ ਗਲਤੀ ਹੈ। ਹੁਸੈਨ ਸਾਹਿਬ ਇਹ ਕਿਆ ਕੀਤਾ ਤੁਸੀਂ, ਕੰਮ ਖਰਾਬ ਕਰ ਗਏ ਹੁਣ? ਟ੍ਰੇਨ ਨਿਕਲ ਗਈ ਹੈ ਜੀ, ਇਹ ਹੁਸੈਨ ਹੋ ਜਾਣੀ ਟ੍ਰੇਨ ਆ, ਉੱਥੇ ਮੈਂ ਨਜ਼ਰ ਹੀ ਕੋਈ ਆਉਣੀ, ਉੱਥੇ ਲਾਈਟ ਵਾਲੀ ਹੈ, ਨਜ਼ਰ ਹੀ ਕੋਈ ਆਉਣੀ ਹੈ, ਥੋੜ੍ਹੀ ਥੋੜ੍ਹੀ ਇਹ ਜਾਣੀ ਹੈ। ਇਹ ਸ਼ੇਅ ਲਿਖੇ ਆ ਜੀ, ਵਾਸਤਾ ਪੜ੍ਹਤਾ ਹੈ ਤੋ ਨਸਲੋਂ ਕਾ ਪਤਾ ਚਲਤਾ ਹੈ, ਬਾਤੂ ਸੇ ਤੋ ਹਰ ਕੋਈ ਹਮਦਾਨੀ ਲੱਗਦਾ ਹੈ, ਜਿੱਥੇ ਵੀ ਖਲੋਤੇ ਹਾਂ ਇਕੱਲੇ ਹੀ ਖਲੋਤੇ ਹਾਂ, ਆਓ ਮੇਰਾ ਪੁੱਤਰ ਅਸੀਂ ਕਦੀ ਗੈਰਾਂ ਦੇ ਸਹਾਰੇ ਨਹੀਂ ਲਏ। ਬੱਟੀ ਕੋਚ ਸੀ 99-31 ਨੰਬਰ ਹੈ ਗੱਡੀ ਨਾਲ ਤਾਂ ਕੋਈ ਟਰੱਕਾਂ ਦਾ ਸ਼ਾਇਰੀ ਜਿਹੜੀ ਹੋਣੀ ਆ ਜ਼ਬਰਦਸਤ। ਸਭ ਕਿਆ ਫਰਮਾ ਰਹੇ ਹੋ? ਵੀਡੀਓ ਲਾਗਣਾ ਉਹ ਬਾ ਮੁੰਡੂ ਬਾ ਗੱਲ ਕਿਆ ਹੈ? ਬਸ ਮੈਂ ਚੀਜ਼ ਤਾਂ ਕਿਹਾ ਬੰਦਾ ਬਸ ਗਿਆ ਚੱਲ ਆ ਜੀ। ਮੈਂ ਪਤਾ ਨਹੀਂ ਹੁਸੈਨ ਸਾਹਿਬ ਕਿਆ ਬਾਹਨ ਹੈ, ਮੈਂ ਜੀ ਟੀ ਰੋਡਾਂ 'ਤੇ ਚੜ੍ਹਨੇ ਆ ਜੀ। ਅਸੀਂ ਬਾਜ਼ਾਰ ਵਿੱਚ ਕੋਈ ਖਾਣੇ ਪੀਣੇ ਕੁਛ ਵੀ ਝੰਡੇ ਆ, ਕੋਈ ਗ੍ਰਿਪਸ ਵਗੈਰਾ ਤਾਂ ਪਾਣੀ ਛਾਣੀ ਲੈਣੇ ਆ, ਤਾਂ ਫਿਰ ਆਪਾਂ ਕੋਈ ਸਫ਼ਰ ਸ਼ੁਰੂ ਕਰਨਾ, ਫਿਰ ਖਲੋਣਾ ਕੋਣੀ, ਕੋਈ ਟਾਈਮ ਜ਼ਿਆਦਾ ਹੋ ਗਿਆ। ਤਾਂ ਰੋਡ ਵੀ ਫਿਲਹਾਲ ਲੁੱਗੀ ਹੈ, ਕੋਈ ਇਤਨਾ ਰਸ਼ ਨਹੀਂ, ਵੈਸੇ ਟਰੱਕ ਕਾਫੀ ਹੋਣਾ, ਬਾਕੀ ਆ ਦੁਕਾਨ ਹੈ ਸਗੋਂ ਗ੍ਰਿਪਸ ਵਿੱਚ ਲੈਣੇ ਹਨ। ਹੁਣ ਕਿਹਾ ਤਾਂ ਹੁਸੈਨ ਖਾਣਾ ਕਿਹੜੇ ਵੈ, ਉਹ ਗੱਡੀ 'ਚ ਬੈਠੇ ਆ, ਚਲੋ ਜੀ ਆਪਣੀ ਮਰਜ਼ੀ ਨਾਲ ਲੈਣੇ ਆ, ਨਜ਼ਰ ਆਵਣ ਇੱਥੇ ਕੋਈ ਲੋੜ ਨਹੀਂ ਆ ਜੀ। ਇਹ ਲੈ ਜਾਣੇ ਇੱਕ ਇੰਨੇ ਆ, ਨਿੱਕਾ ਆ ਗਏ ਦੋ,
ਤੇ ਬਾਕੀ ਹੋ ਕੇ ਬਿਸਕਟ ਲੈ ਆਉਣਾ। ਠੀਕ ਹੈ, ਕਿਆ ਹਾਲ ਆ ਜੀ? ਠੀਕ ਹੋ? ਤਾਂ ਠੀਕ ਆ। ਬਾਕੀ ਇੱਧਰੋਂ ਕੋਈ ਡਰਿੰਕ ਲੈਣੇ ਉਸ ਟਾਈਮ 'ਤੇ? ਬਸ ਠੀਕ ਹੈ ਜੀ। ਟਫ ਜਿਹਾ ਮਹੀਨੇ ਨਹੀਂ ਮਾੜੇ ਖੋਜੇ ਸਰ, ਸ਼ਾਪਿੰਗ ਆਸਾਨੀ ਹੋ ਗਈ ਹੈ, ਜੇ ਕੋਈ ਸੌਦਾ ਥੋੜ੍ਹਾ ਇੰਨਾ ਸੀ ਤਾਂ ਹੁਣ ਰਾਤ ਖਾਣਾ ਚੁਲਾ ਕੇ ਐ ਦੇਖੋ ਜੀ ਰੱਖ ਰੱਖ ਜਾ ਰਿਹਾ ਖਾਣਾ ਸੀ ਤਾਂ, ਔਰ ਕੰਮ ਚੱਲ ਜਾ ਸੀ ਨਵਾਂ ਕੋਣੀ। ਚਲੋ ਖਾਓ ਫਿਰ। ਟੋਲ ਟੈਕਸ ਦੇ ਗਿਆ ਜੀ ਤਰੱਕੀ ਟੋਲ ਪਲਾਜ਼ਾ। ਹੁਸੈਨ ਕਿਹੜੀ ਜਗ੍ਹਾ ਵਾ ਇਹ? ਤਰੱਕੀ ਮੁਸੀ ਹੈਂ ਕਿਹੜੀ ਆ? ਦਿਓ 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 ਐਨੋ ਜੀ ਮੰਦਰਾ ਟੋਲ ਪਲਾਜ਼ੇ ਤਾਂ ਪੁੱਜੇ ਹਾਂ ਅਤੇ ਤੈਂ ਇੰਨੇ ਚੋਏ ਸਾਹਿਬ ਨੇ ਨਿੰਦਰ ਆ ਗਈ ਹੈ। ਨਿੰਦਰ ਆ ਗਈ ਹੈ? ਅੱਜ ਬੱਸ ਆ ਗਈ ਹੈ ਜੀ, ਤੁਸੀਂ ਬੱਸ ਹੋ ਗਈ ਹੈ ਜੀ ਲਾਣੇ ਤੋਂ ਨਿੰਦਰ ਕੋਲ ਨਹੀਂ ਆਵਾਂ ਨਹੀਂ ਜੀ। ਰੈਸਟ ਹੋ ਰਿਹਾ ਆਹ ਥੱਕ ਗਿਆ ਹੁਸੈਨ। ਫਲੈਟ ਤੋਂ ਤਕਰੀਬਨ ਇੱਕ ਦੋ ਘੰਟੇ ਲੇਟ ਹੈ, ਅਸਾਂ ਪੁੱਜਾ ਹਾਂ ਬਿਲਕੁਲ ਕੋਲ ਹੀ, ਤਕਰੀਬਨ 20-25 ਮਿੰਟ ਲੱਗਣਗੇ ਇੱਥੋਂ। ਤਾਂ ਕੋਈ ਚੀਜ਼ ਲੈ ਲਓ ਜੀ, ਹੁਣ ਟਾਈਮ ਵੈਸੇ ਕੋਣ ਕਿਉਂ ਨਾ, ਅਸਾਂ ਬਿਲਕੁਲ ਸਲੋ ਆ ਰਹੇ ਹਾਂ ਕੋਈ 40-50 ਦੀ ਸਪੀਡ ਦਾ, ਅਸਾਂ ਕਿਹਾ ਅੱਗੇ ਜਾ ਕਿਆ ਕਰਤਾ ਇੱਥੇ ਆਰਾਮ ਸਕੋ ਨਾ ਜੁੜੇ ਹੈ। ਇਹ ਕੋਈ ਦੁਕਾਨ ਨਜ਼ਰ ਆ ਗਿਆ ਤਾਂ ਕੋਈ ਆਈਸਕ੍ਰੀਮ ਵਗੈਰਾ ਇੰਨਾ ਆ, ਅਸੀਂ ਗਏ ਨਹੀਂ ਜੀ ਆਈਸਕ੍ਰੀਮ ਜੀ, ਕੋਈ ਠੰਡਾ ਮਾਹੌਲ ਬਣਾ ਲਓ ਜੀ, ਪਰ ਗਏ ਹਾਂ ਦੁਕਾਨਾਂ ਤੋਂ ਤਾਂ ਮਿਲੀ ਕੋਣੀ, ਨਜ਼ਰ ਆਉਣੀਆਂ ਪਈਆਂ ਤੇ ਸਰਗ ਹੋ ਗਈ ਹੈ, ਨਾਸ਼ਤਾ ਸ਼ਾਸ਼ਤਾ ਕਰੀਏ, ਮੈਂ ਸਰਗ ਨਹੀਂ ਹੋਈ ਹਜੇ ਤਾਂ ਕੁਝ ਫੁਹਾਰਾ ਲੱਗੇ ਮਾਸ਼ਾਅੱਲਾ ਰੱਬਰ ਦਾ, ਠੰਡਾ ਠੰਡਾ ਪਾਣੀ ਢਹਿ ਰਿਹਾ। ਨਵਾਲਾ ਕੀ ਆ, ਚੁੱਪੀ ਮਾਰੋ ਨਾ ਹੈਂ, ਸ਼ੋਰ ਸਲਾਈ ਨਹੀਂ ਸੁੱਕ ਜਾਸੀ ਯਾਰ ਹੈਂ। ਨਵਾ ਲਿਆ ਜੀ ਪਾਣੀ ਠੰਡਾ ਨਹੀਂ ਸਹੀ, ਜੇ ਸ਼ੋਰਟਸ ਹੋਣਾ ਫਿਰ ਨਹਾਉਣੇ ਹਾਲੇ ਹੋਰ ਹੈਂ। ਚੱਲ ਮਾਰ ਚੁੱਪੀ ਸੀ ਗੱਡੀ 'ਚ ਮੈਂ ਰੱਖੇ ਆ। ਫੁਹਾਰਾ ਰੱਖਿਆ ਜੀ ਨਾਲ ਹੁਸੈਨ ਹੀ ਤਾਂ ਲਿਆ, ਅਸੀਂ ਸਾਰੇ ਵਿਜ਼ਿਟ ਕਰਾਸਾਂ, ਬਾਕੀ ਪਾਰਕਿੰਗ ਫੇਸ ਹਾਂ ਕਿਆ ਯਾਦ ਰੱਖੀ ਏਅਰਪੋਰਟ ਦਾ ਚਾਚੂ ਫੇਰਿਆ, ਇਸ ਪੂਰਾ ਵੇਦਰ ਕਹਾਂ ਹਾਂ ਏਅਰਪੋਰਟ ਨਾਲ ਜਾ ਵੀ ਸਕਦਾ ਜਾ ਤੱਕਣਾ ਹੈ ਕੋਣਾ ਠੜਕ ਆਹ ਕਿਹੜਾ ਤੱਕਣਾ ਪੀ ਆਈ ਏ ਏਅਰ ਬਲੂ ਤੁਰਕਿਸ਼ ਕਿਹੜਾ ਕਤਰ। ਚਲੋ ਜੀ ਹੁਸੈਨ ਹੀ ਖਵਾਹਿਸ਼ ਜੇ ਅੱਜ ਕਤਰ ਨਾਲ ਜਾ ਸਕਣਾ, ਹੁਣ ਲੋੜਨਾ ਭਾਵੇਂ ਹੋਵੇ ਜਾਂ ਨਾ ਹੋਵੇ ਅਸਾਂ ਖੁਦ ਲੈ ਗਿਆ ਆਪਾਂ। ਹੈ ਦੇਖੋ ਜੀ ਪਾਰਕਿੰਗ ਫੁੱਲ ਹੈ ਤਕਰੀਬਨ, ਅਸਾਂ ਗੱਡੀ ਖੁਲਾਈ ਹੈ ਬੜੇ ਦੂਰ ਜਾ ਕੇ 9 ਨੰਬਰ ਪਾਰਕਿੰਗ ਵਿੱਚ, ਉਹ ਤਾਂ ਬੜੇ ਦੂਰ ਹੈ ਹੁਣ ਸੈਨ ਕਿ ਥਾਲੀ ਹੈ ਯਾਦ ਜਾ ਗਿਆ।
ਇਸ ਸਾਈਡ ਆਏ ਹਾਂ ਅਸਾਂ ਜਹਾਜ਼ ਤੱਕਣ ਜੀ, ਅਸੀਂ ਨਜ਼ਰ ਹੀ ਨਹੀਂ ਆਇਆ, ਸਾਰਾ ਮਸਲਾ ਖਰਾਬ ਹੋ ਗਿਆ, ਕੋਈ ਲੈਣ ਨਹੀਂ ਹੋਇਆ ਜਹਾਜ਼, ਅਤੇ ਹੁਣ ਤਾਂ ਹੁਣ ਕਿਆ ਬਣ ਸੀ, ਹੁਣ ਫਿਰ ਵਾਪਸ ਜਾਣਾ ਪਿਆ ਸੀ। ਸਹਿੰਦਾ ਵਾ ਲਾਜ਼ਮੀ ਤੱਕਣਾ ਹੈ ਅੰਦਰ ਜੁਲਾ ਅੰਦਰ ਜੁੜੀਏ, ਬਾਕੀ ਆਵਾਮ ਜਾ ਰਹੀ ਹੈ ਜੀ, ਇਹ ਉਮਰਾ ਕਰਨ ਪੂਰਾ ਗਰੁੱਪ ਜਾ ਰਿਹਾ, 100-150 ਬੰਦਾ ਫਲਾਈਟ ਲੈ ਗਈ ਜੀ, ਤਕਰੀਬਨ 1 ਘੰਟਾ ਲੇਟ ਸੀ, ਵੇਟ ਕਰਨਾ ਪਿਆ ਕੋਈ 1.5 ਘੰਟਾ, ਹੁਣ ਤੱਕਣਾ ਕਿਹੜਾ ਬਾਹਰ ਆ ਹੁਣ, ਤਾਂ ਜੀ ਆਵਾਮ ਥੱਲੇ ਬੈਠੇ ਹੀ ਹੈ, ਕੁਰਸੀਆਂ ਜੁੜਦੀਆਂ ਤਾਂ ਕਿਤਨੀਆਂ ਕੁਝ ਨਹੀਂ, ਇਸ ਵਾਰ ਜਦੋਂ ਆਵਾਮ ਥੱਲੇ ਪੈ ਰਹੇ ਨੇ ਹੁਸੈਨ ਸਾਹਿਬ ਨੇ ਇੱਧਰ ਗਮਾਚ ਹੁਸੈਨ ਗਮਾਚ ਗਿਆ ਜੀ, ਅਸਾਂ ਤਾਂ ਸਮਝਿਆ ਸੀ ਕਿ ਘੰਟਾ ਸਾਨੂੰ ਲੇਟ ਆ, ਕਿਉਂਕਿ 12 ਵਜੇ ਲੇਟ ਸੀ 45 ਮਿੰਟ ਉੱਤੇ ਅਸਾਂ ਤਕਰੀਬਨ 2.5 ਘੰਟੇ ਤਾਂ ਪਹਿਲੇ 2.5 ਘੰਟੇ ਮਸਲਾ ਇਹ ਬਣ ਗਿਆ ਸੀ, ਹੁਸੈਨ ਸਾਹਿਬ ਗੁਮਾ ਕੇ ਸੀ ਏਅਰਪੋਰਟ 'ਤੇ, ਅਸੀਂ ਨਹੀਂ ਲੋੜਨਾ ਪਿਆ, ਤੁਸੀਂ ਕਿਤੇ ਕਿੱਟੁਰ ਗਏ ਸੋ ਜੀ, ਘਰ ਗੱਲ ਹੋਈ ਸੀ ਜੀ, ਸੈਣਾ ਨਹੀਂ ਤਾਂ ਏਅਰਪੋਰਟ ਖਰਸਾਂ ਪਿਆ, ਅਤੇ ਹਸਨ ਤਿਆਰ ਸੀ, ਮੈਂ ਕਾਖੜਾ ਜਾਣਾ ਤੂੰ ਸਹਿ ਰਹਿਣਾ ਹਸਨ, ਅਤੇ ਉਸੀ ਕੋਲ ਨਹੀਂ ਆਉਂਦਾ, ਅਤੇ ਹਾਰਸ ਉਹ ਵੀ ਤਿਆਰ ਸੀ, ਮੈਂ ਵੀ ਜਾਣਾ, ਅਤੇ ਇਸ ਨਾਲ ਲੀਲ ਹੋਈ ਸੀ ਕਿ ਸੈਣਾ ਨਹੀਂ ਤਾਂ ਖਰਸਾਂ, ਲੱਗਣਾ ਤਾਂ ਨਹੀਂ ਇਸ ਗੱਡੀ 'ਚ ਆਵਿਆ, ਕੋਈ ਹੋਰ ਗੱਡੀ ਕਰਨੀ ਪੈ ਸੀ, ਸਮਾਨ ਜ਼ਿਆਦਾ ਬੈਗ ਜ਼ਿਆਦਾ ਹੀ ਲੱਗਣੇ, ਚਲੋ ਪੂਰੇ ਕਰ ਲੈਣੇ, ਹੁਸੈਨ ਥੋੜਾ ਲਓ ਨਾ, ਬਾਹਰ ਆਉਂਦੇ ਸੀ ਬਾਹਰ ਆਉਂਦੇ ਨਿਕਲਣਾ
ਸਮਾਨ ਸਮਾਨ ਸਾਰਾ ਟਿੱਕ ਗਿਆ ਜੀ, ਤੇ ਹੁਣ ਨਿਕਲਨੇ ਆ ਘਰ। ਨਾਸ਼ਤਾ ਕਿਆ ਪ੍ਰੋਗਰਾਮ ਹੈ ਜੀ? ਮੀਆਂ ਜੀ ਨਹੀਂ ਕੋਈ ਦਾਲ ਖਾ ਰਹੇ, ਬੜੀ ਸਪੈਸ਼ਲ ਹੈ ਨਾ ਜੀ। ਮੀਆਂ ਜੀ ਦਾਲ ਨਹੀਂ ਖਾਣੀ ਜੀ, ਆ ਸਾਹਿਬ ਕਿਆ ਸਟੋਰੀ ਹੈ? ਹੈ ਜੀ ਪੁੱਛਣਾ ਉਹਨੂੰ। ਹੈ ਜੀ ਹੁਸੈਨ ਸਾਹਿਬ ਨਾਸ਼ਤਾ ਠੀਕ ਹੈ? ਇੱਥੋਂ ਹੋ ਜਾ ਜਾਂ ਕਹਿ ਹੋ ਜਾ। ਹੈ ਹੁਸੈਨ ਵੀ ਆਉਣਾ ਜੀ, ਇੱਥੋਂ ਹੀ ਨਾਸ਼ਤਾ ਹੋਇਆ। ਹਾਂ ਹੈ ਹੁਸੈਨ, ਇੱਥੋਂ ਹੀ ਹੋ ਜਾ, ਪੱਕੀ ਗੱਲ ਹੈ। ਮੌਸਮ ਬੜਾ ਜ਼ਬਰਦਸਤ ਹੈ, ਠੰਡਾ ਹੋ ਗਿਆ ਜੀ। ਜਿਹੜਾ ਏਅਰਪੋਰਟ ਨਿਕਲੇ ਹਾਂ ਕੋਈ ਬਾਰਿਸ਼ ਨਹੀਂ ਸੀ, ਜਿਹੜਾ ਅੱਗੇ ਪੁੱਜੇ ਹਾਂ ਥੋੜ੍ਹਾ ਜਿਹਾ ਅੱਗੇ ਇਸ ਤਰ੍ਹਾਂ ਬਾਤ ਹੈ, ਸਹੀ ਬਾਰਿਸ਼ ਜੁੱਟੀ ਸੀ। ਫਿਰ ਜਿਹੜਾ ਆਏ ਹਾਂ ਜੀ ਜਨਾਬ ਰਵਾਤ ਵਾਲੀ ਸਾਈਡ ਗੀਗਾ ਮਾਲ ਕੋਲ, ਇੱਥੇ ਆਏ ਤਾਂ ਫਿਰ ਕੋਈ ਬਾਰਿਸ਼ ਨਹੀਂ ਸੀ। ਫਿਰ ਕੁਝ ਹਾਂ ਬਾਵਲੀ ਹੋਟਲ ਕੋਲ ਪੁੱਜੇ ਇਸ ਪਿੱਛੇ, ਇੱਥੇ ਤਾਂ ਫਿਰ ਬਾਰਿਸ਼ ਲੱਗੀ ਸੀ, ਕਾਫੀ ਬਾਰਿਸ਼ ਹੈ ਅਤੇ ਕੋਈ ਜਗ੍ਹਾ ਤੀਜੀ ਹੈ। ਤਾਂ ਉਹਨਾਂ ਨੂੰ ਮੌਸਮ ਇਸ ਤਰ੍ਹਾਂ ਹੀ ਹੋਣਾ ਕਿ ਬੰਦੇ ਪਤਾ ਨਹੀਂ ਲੱਗਣਾ, ਮੌਸਮ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਥੋੜ੍ਹੇ ਥੋੜ੍ਹੇ ਵਾਅਦੇ ਤਾਂ ਬਾਰਿਸ਼ ਹੋਣੀ ਰਹਿਣੀ ਹੈ, ਇਸ ਥਾਂ ਉਹਨਾਂ ਨੂੰ ਬਾਰਿਸ਼ਾਂ ਇਸ ਤਰ੍ਹਾਂ ਹੀ ਹੋਣੀਆਂ। ਬਾਕੀ ਤਾਂ ਕੋਈ ਰਸ਼ ਰਸ਼ ਕਾਫੀ ਹੈ, ਤਾਂ ਹੁਣ ਦਿਲਿਆਂ ਜੀ ਨਾਸ਼ਤਾ ਕਰਨਾ ਤਾਂ ਫਿਰ ਅਗਲੀ ਰੋਟੀ ਨਾਲ ਜਿਹੜੀ ਕਰ ਲੈ। ਨਾਸ਼ਤਾ ਤਾਂ ਗਰੀਬ ਰਾਂ ਕਰ ਚੁੱਕੇ ਹਾਂ ਜੀ, ਅਤੇ ਥੋੜ੍ਹਾ ਜਿਹਾ ਅਜੇ ਰਹਿ ਗਿਆ, ਪਾਏ ਦਹੀਂ
ਨਾ ਸਲਾਦ ਇਹ ਕਿਹਾ ਜੀ ਸੁਬਹ ਸੁਬਹ ਸਲਾਦ ਇਹ ਤਾਂ ਕੋਈ ਸ਼ਾਮ ਸਿਹਤ ਹੀ ਨਜ਼ਰ ਆ ਗਿਆ ਬਿਲਕੁਲ ਮੌਸਮ ਵੀ ਤਕਰੀਬਨ ਸਾਫ ਹੋਣਾ ਲੈ ਹੁਣ ਚੁਲੀਆ ਜੀ ਘਰ ਜਾਂ ਕੁਦਰ ਰਾਹ ਚ ਰੋਕਣੇ ਆ ਲੋ ਹੋ ਗਈ ਹੈ ਉਹ ਤੱਕ ਨਾ ਏਰੀਏ ਚ ਬਾਰਿਸ਼ ਲੱਗੀ ਹੋਵੇ ਕਿਉਂਕਿ ਅੱਜ ਬਾਰਿਸ਼ ਆ ਲਈ ਨੇ 11 ਵਜੇ ਤੱਕ ਫਾਈਨਲ ਘਰ ਪੁੱਜਾ ਆ ਜੀ ਸਮਾਨ ਸਮਾਨ ਅੰਦਰ ਰੱਖਿਆ ਤਾਂ ਫਿਰ ਬਾਰਿਸ਼ ਲੈਣ ਪਈ ਆ ਬੜੀ ਤੇਜ਼ ਬਾਰਿਸ਼ ਲੱਗੀ ਆ ਐ ਦੇਖੋ ਜੀ 11 ਵਜੇ ਤੱਕ ਬਾਰਿਸ਼ ਹਾਲੀ ਜਾਂ ਤੱਕਣੇ ਕਿਤੇ ਕਿਤੇ ਲੈਣੀ ਆ ਬੜੀ ਤੇਜ਼ ਬਾਰਿਸ਼ ਲੱਗੀ ਹੈ ਉਸ ਸਹਿਜ ਥੱਕੇ ਕੌਣ ਕਿਆ ਕੌਣ ਥੱਕੇ ਇਸ ਲਈ ਇੱਥੇ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਵੀ ਲਾਜ਼ਮੀ ਸਬਸਕ੍ਰਾਈਬ ਕਰਨਾ ਇਨਸ਼ਾਅੱਲਾ ਜ਼ਰੂਰ ਸਾਡੀ ਨਵੀਂ ਵੀਡੀਓ ਨਾਲ ਅੱਲਾ ਸੋਹਣੇ ਨਾਲ